ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਜਿੱਥੇ ਪੰਜਾਬੀ ਸ਼ਾਇਰਾਂ ਅਤੇ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ, ਉੱਥੇ ਹੀ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਵੀ ਪੰਜਾਬੀ ਗੀਤਾਂ ਰਾਹੀਂ ਵਿਸ਼ਵ ਪ੍ਰਸਿੱਧੀ ਹਾਸਲ ਕੀਤੀ ਹੈ। ਪਰੰਤੂ ਬੀਤੇ ਦਿਨੀ ਇਹ ਉਪਾਧੀ ਹਾਸਲ ਕਰਨ ਵਾਲੇ ਗੁਰਦਾਸ ਮਾਨ ਇੱਕ ਇੰਟਰਵਿਊ ਵਿੱਚ ਪੰਜਾਬੀ ਮਾਂ ਬੋਲੀ ਦਾ ਘਾਣ ਕਰਦਿਆਂ ਹਿੰਦੀ ਭਾਸ਼ਾ ਨੂੰ ਤਵੱਜੋ ਦੇਣ ਦੀ ਗੱਲ ਆਖ ਰਹੇ ਹਨ, ਜਿਸ ਦਾ ਪੂਰੇ ਪੰਜਾਬ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੰਜਾਬੀ ਮਾਂ ਬੋਲੀ ਨੂੰ ਨਕਾਰ ਕੇ ਹਿੰਦੀ ਬੋਲੀ ਨੂੰ ਲਾਗੂ ਕਰਵਾਉਣ ਵਾਲੇ ਗਾਇਕੀ ਦੇ ਖੇਤਰ ਵਿੱਚ ਬਾਬਾ ਬੋੜ ਮੰਨੇ ਜਾਂਦੇ ਗੁਰਦਾਸ ਮਾਨ ਖਿਲਾਫ ਕੈਨੇਡਾ ਦੇ ਸ਼ਹਿਰ ਐਫਸਪੋਰਟ ਵਿਖੇ 500 ਦੇ ਕਰੀਬ ਪੰਜਾਬੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਗੁਰਦਾਸ ਮਾਨ ਦੇ ਸ਼ੋਅ ਦੀਆਂ ਟਿਕਟਾਂ ਪਾੜ ਕੇ ਬਾਈਕਾਟ ਕੀਤਾ। ਅੱਜ 500 ਦੇ ਕਰੀਬ ਨੌਜਵਾਨ, ਜਿਨ੍ਹਾਂ 'ਚ ਬੱਚੇ ਵੀ ਸਨ, ਬਜ਼ੁਰਗ ਵੀ ਸਨ, ਜਿਨ੍ਹਾਂ 'ਚ ਔਰਤਾਂ ਵੀ ਸਨ, ਉਹ ਸਾਰੇ ਇਕੱਠੇ ਹੋਏ, ਜਿਹੜੇ ਕਿਸੇ ਇੱਕ ਸੰਸਥਾ ਜਥੇਬੰਦੀ ਇੱਕ ਧਰਮ ਫਿਰਕੇ ਨਾਲ ਸੰਬੰਧਿਤ ਨਹੀਂ ਸਨ। ਸਾਰਿਆਂ ਦੀ ਬੋਲੀ ਪੰਜਾਬੀ ਬੋਲੀ ਸੀ, ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸਨ। ਉਹਨਾਂ ਨੇ ਅੱਜ ਗੁਰਦਾਸ ਮਾਨ ਦੇ ਸ਼ੋਅ ਦਾ ਬਾਈਕਾਟ ਵੀ ਕੀਤਾ ਅਤੇ ਉਹਦੇ ਖਿਲਾਫ਼ ਮੁਜ਼ਾਹਰਾ ਵੀ ਕੀਤਾ। ਇਹ ਸ਼ਾਂਤਮਈ ਮੁਜ਼ਾਹਰਾ ਜਿਹੜਾ ਕੀਤਾ ਗਿਆ, ਉਹਦਾ ਇੱਕ ਮਕਸਦ ਸੀ। ਗੁਰਦਾਸ ਮਾਨ ਇਸ ਵੇਲੇ ਪੰਜਾਬ ਅਤੇ ਭਾਰਤ ਦੇ ਵਿੱਚ ਜੋ ਹਾਲਾਤ ਨੇ, ਜਿਨ੍ਹਾਂ ਦੇ ਵਿੱਚ ਫਾਸ਼ੀਵਾਦੀ ਅਤੇ ਰਾਸ਼ਟਰਵਾਦੀ ਕੌਨਸੈਪਟ ਚੱਲ ਰਿਹਾ, ਉਹ ਏਜੰਡਾ ਜਿਹੜਾ ਹੈ ਮੋਦੀ ਸ਼ਾਹ ਏਜੰਡਾ, ਜਿਹੜਾ ਕਿ ਇੱਕ ਦੇਸ਼ ਇੱਕ ਬੋਲੀ, ਉਸ ਨੂੰ ਲੈ ਕੇ ਇਹਨਾਂ ਨੇ ਆਪਣੀ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ। ਸਾਰੀ ਉਮਰ ਗੁਰਦਾਸ ਮਾਨ ਨੂੰ ਪੰਜਾਬੀ ਗਾਇਕੀ ਦੇ ਤੌਰ 'ਤੇ ਮਾਣ ਸਨਮਾਨ ਮਿਲਿਆ, ਪੰਜਾਬੀ ਜ਼ੁਬਾਨ ਦੇ ਤੌਰ 'ਤੇ ਉਸ ਨੂੰ ਬੜੇ ਵੱਡੇ ਵੱਡੇ ਅਵਾਰਡ ਮਿਲੇ, ਸ਼ੋਹਰਤ ਮਿਲੀ, ਪੈਸਾ ਮਿਲਿਆ। ਪਰ ਜਦੋਂ ਪੰਜਾਬੀ ਬੋਲੀ ਦੀ ਥਾਂ 'ਤੇ ਉਹਨਾਂ ਨੇ ਇਸ ਏਜੰਡੇ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਤਾਂ ਲੋਕਾਂ ਦੇ ਅੰਦਰ ਇਸ ਗੱਲ ਦਾ ਰੋਹ ਆਇਆ, ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ। ਵਿਰੋਧ ਕਰਦਿਆਂ ਹੋਇਆਂ ਹੀ ਗੁਰਦਾਸ ਮਾਨ ਨੇ ਜਦੋਂ ਵਾਰ ਵਾਰ ਦੁਹਰਾਇਆ ਪ੍ਰੈਸ ਕਾਨਫਰੰਸ 'ਚ, ਇੱਕ ਰੇਡੀਓ ਇੰਟਰਵਿਊ 'ਚ, ਉਸ ਦਾ ਮੈਸੇਜ ਇਹ ਗਿਆ ਕਿ ਇੱਕ ਐਸਾ ਗਾਇਕ ਜਿਹਨੂੰ ਅਸੀਂ ਬੜਾ ਮਾਣ ਸਨਮਾਨ ਦਿੱਤਾ, ਉਸ ਨੇ ਬੋਲੀ ਦਾ ਅਪਮਾਨ ਕੀਤਾ, ਇਹ ਬੇਈਮਾਨ ਕਿਉਂ ਬਣਿਆ? ਇਹ ਸਾਰੇ ਸਵਾਲ ਹਰੇਕ ਦੇ ਮਨ 'ਚ ਸਨ। ਸੋ ਇਸ ਕਰਕੇ ਲੋਕਾਂ ਨੇ ਫੈਸਲਾ ਕੀਤਾ ਕਿ ਅੱਜ ਨੂੰ ਅਸੀਂ ਇਹ ਪ੍ਰੋਟੈਸਟ ਕਰੀਏ ਅਤੇ ਕੱਲ੍ਹ ਨੂੰ ਗ੍ਰੈਂਡ ਤਾਜ ਬੈਂਕਟ ਹਾਲ 'ਚ ਸਾਰੀਆਂ ਪੰਜਾਬੀ ਜਥੇਬੰਦੀਆਂ, ਇਹਨਾਂ 'ਚ ਪੰਜਾਬੀ ਸਹਿਤ ਸਭਾ ਮੁੱਢਲੀ, ਪੰਜਾਬੀ ਕੇਂਦਰੀ ਲੋਕ ਲਿਖਾਰੀ ਲੇਖਕ ਸਭਾ, ਜਿਨ੍ਹਾਂ ਦੇ ਵਿੱਚ ਅਲੱਗ ਅਲੱਗ ਗਰੁੱਪ ਨੇ, ਜਿਨ੍ਹਾਂ 'ਚ ਅਦਬੀ ਸੰਗਤ ਹੈ, ਜੀਵੇ ਪੰਜਾਬ ਹੈ, ਹੋਰ ਬਹੁਤ ਸਾਰੀਆਂ ਇਹੋ ਜਿਹੀਆਂ 20 ਜਥੇਬੰਦੀਆਂ ਕੱਲ੍ਹ ਗ੍ਰੈਂਡ ਤਾਜ ਦੇ ਵਿੱਚ ਇੰਟਲੈਕਚੁਅਲ ਲੈਵਲ ਦਾ ਇਕੱਠ ਕਰ ਰਹੀਆਂ ਨੇ ਕਿ ਜਿਹੜਾ ਏਜੰਡਾ ਇਹ ਦਿੱਤਾ ਜਾ ਰਿਹਾ, ਇੱਕ ਬੋਲੀ ਇੱਕ ਦੇਸ਼, ਜਿਸ ਦਾ ਭਾਰਤ ਦੇ ਵਿੱਚ ਵਿਰੋਧ ਹੋਇਆ, ਦੱਖਣੀ ਭਾਰਤ ਦੇ ਵਿੱਚ ਵਿਰੋਧ ਹੋਇਆ, ਰਜਨੀਕਾਂਤ ਨੇ ਇਸ ਗੱਲ ਦੀ ਵਿਰੋਧਤਾ ਕੀਤੀ, ਸੁਪਰਸਟਾਰ ਰਜਨੀਕਾਂਤ ਤੋਂ ਇਲਾਵਾ ਕਮਲ ਹਸਨ ਨੇ ਗੱਲ ਕਹੀ ਕਿ ਤੁਸੀਂ ਜ਼ਬਰਦਸਤੀ ਕਿਸੇ ਦੇ ਬੋਲੀ ਨਹੀਂ ਥੋਪ ਸਕਦੇ, ਬੋਲੀ ਹਰ ਚੰਗੀ ਹੈ, ਹਰ ਬੋਲੀ ਦਾ ਸਤਿਕਾਰ ਕਰਨਾ ਬਣਦਾ, ਪਰ ਪੰਜਾਬੀ ਬੋਲੀ ਦੇ ਉੱਪਰ ਇਹ ਥੋਪਣ ਦੀ ਗੱਲ ਜਿਹੜੀ ਸੀ ਉਹ ਬੜੀ ਮਾੜੀ ਸੀ। ਇਸੇ ਕਾਰਨ ਇਹ ਜਿਹੜੀ ਵਿਰੋਧਤਾ ਹੋਈ ਹੈ, ਹਾਲਾਂਕਿ ਪਹਿਲਾਂ ਵੀ ਵਿਵਾਦ ਚੱਲਦੇ ਰਹੇ ਨੇ ਪੰਜਾਬ ਦੇ ਵਿੱਚ, ਨਸ਼ਿਆਂ ਦੀ ਗੱਲ ਇੱਕ ਵਾਰੀ ਚੱਲਦੀ ਹੈ, ਨਸ਼ਿਆਂ ਦੀ ਗੱਲ ਜਿੱਥੇ ਗੀਤ ਨਸ਼ੇ ਦੇ ਵਿਰੁੱਧ ਗਾਉਂਦੇ ਨੇ, ਉੱਥੇ ਘਰ ਦੀ ਸ਼ਰਾਬ ਹੋਵੇ ਤੋਂ ਲੈ ਕੇ ਸ਼ਰਾਬ ਜਾਂ ਇਹੋ ਜਿਹੇ ਨਸ਼ੇ ਦੀ ਪ੍ਰਮੋਸ਼ਨ ਦੇ ਵਾਸਤੇ ਗੀਤ ਗਾਏ, ਲੋਕਾਂ ਨੇ ਮਾਫ਼ ਕਰ ਦਿੱਤਾ। KPS ਗਿੱਲ ਵਰਗੇ ਉੱਚੜ ਨੇ ਇਹਨਾਂ ਦੀਆਂ ਕੈਸਟਾਂ ਰਿਲੀਜ਼ ਕੀਤੀਆਂ, ਲੋਕਾਂ ਨੇ ਫਿਰ ਵੀ ਕੁਝ ਨਹੀਂ ਕਿਹਾ। ਪੰਜਾਬ ਦੇ ਹਾਲਾਤ ਦੇ ਵਿੱਚ ਪੁਲਿਸ ਆਫਿਸਰਸ ਨੂੰ ਇਹ ਕਿਹਾ ਕਿ ਇਹਨਾਂ ਦੇ ਲੱਕ ਸ਼ਿਕਾਰੀ ਕੁੱਤਿਆਂ ਵਰਗੇ ਨੇ, ਜਦੋਂ ਪੰਜਾਬ ਦੇ ਵਿੱਚ ਜਵਾਨੀ ਦਾ ਘਾਣ ਹੋਇਆ, ਲੋਕਾਂ ਨੇ ਫਿਰ ਵੀ ਇਹਨਾਂ ਦਾ ਇੰਨਾ ਬੇਹੁਰਮਤੀ ਦੇ ਕਾਰਨ ਇਸ ਦੇ ਬਾਵਜੂਦ ਇਹੋ ਜਿਹਾ ਵਿਰੋਧ ਨਹੀਂ ਕੀਤਾ, ਪਰ ਅੱਜ ਮਾਂ ਬੋਲੀ ਪੰਜਾਬੀ ਨੂੰ ਪੜ੍ਹੇ ਇਸ ਕਰਕੇ ਵਿਰੋਧ ਹੋਇਆ ਅਤੇ ਕਿਸੇ ਸ਼ਾਇਰ ਦੇ ਇਹਨਾਂ ਬੋਲਾਂ ਕਿ ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ,
ਮੈਂ ਪੰਜਾਬੀ ਪੰਜਾਬ ਦਾ ਸ਼ਰਬ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਫਿਰੋਜ਼ ਦੀਨ ਸ਼ਰਬ ਨੇ ਇਹ ਲਫ਼ਜ਼ ਕਹੇ ਸਨ। ਅੱਜ ਮੈਨੂੰ ਲੱਗਦਾ ਕਿ ਗੁਰਦਾਸ ਮਾਨ ਨੇ ਆਪਣੀ ਇਹ ਲੰਮੇ ਸਮੇਂ ਦੀ ਜਿਹੜੀ ਇੱਜ਼ਤ ਮਿਲੀ ਸੀ, ਸ਼ੋਹਰਤ ਮਿਲੀ ਸੀ, ਉਸ ਨੂੰ ਮਿੱਟੀ 'ਚ ਮਿਲਾ ਦਿੱਤਾ। ਇਹ ਬਹੁਤ ਇਤਿਹਾਸਿਕ ਗਲਤੀ ਹੋਈ ਹੈ ਜਿਸ ਦੀ ਪੁਰਜ਼ੋਰ ਸ਼ਬਦਾਂ ਦੇ ਵਿੱਚ ਨਿਖੇਧੀ ਕਰਨੀ ਬਣਦੀ ਹੈ। ਜਿਹੜੀ ਬੋਲੀ ਦੇ ਵਿੱਚ ਤੁਸੀਂ ਗੱਲ ਕਰਦੇ ਹੋ ਉਹੀ ਤੁਹਾਡੀ ਆਪਣੀ ਬੋਲੀ ਹੁੰਦੀ ਆ। ਆਪਣੀ ਬੋਲੀ ਦੇ ਵਿੱਚ ਹਰ ਇੱਕ ਨੂੰ ਮਾਣ ਹੁੰਦਾ ਗੱਲ ਕਰਨ ਦਾ, ਪਰ ਇਹਨਾਂ ਲੋਕਾਂ ਨੇ ਕਿੰਨਾ ਸਮਾਂ ਪੰਜਾਬੀ ਬੋਲੀ ਦੇ। ਇੱਕ ਹੋਰ ਗੱਲ ਤੁਸੀਂ ਦੇਖੋ, ਇੱਕ ਗੱਲ ਆਪਾਂ ਨੂੰ ਨਵੀਂ ਲੱਗਦੀ ਆ, 90 ਮਿਆਂ ਤੋਂ ਬਾਅਦ ਜਦੋਂ ਕਿ ਹਿੰਦੀ ਗੈਸਟ ਕੱਢੀ ਸੀ, ਇਹਨੂੰ ਉਹਦਾ ਇੱਕ ਰਿਵਾਜ਼ ਵੀ ਹੁੰਦਾ, ਸਾਰਿਆਂ ਨੇ ਦੇਖਿਆ। KPS ਗਿੱਲ ਨੇ ਨੱਚਦੀ ਜਵਾਨੀ ਆਪਣਾ ਬਣਾਇਆ ਹੁੰਦਾ, ਹੈਗਾ ਇੱਕ ਆਰਕੈਸਟਰਾ ਹੀ ਆ, ਪੁਲਿਸ ਇੱਥੇ ਸਾਡੇ ਸਾਹਮਣੇ ਵੀ ਖੜ੍ਹੀ ਆ। ਇਹਨਾਂ ਦਾ ਕੰਮ ਹੈਗਾ ਕਾਨੂੰਨ ਨੂੰ ਲਾਗੂ ਕਰਨਾ, ਅਖਾੜੇ ਲਾਉਣਾ ਨਹੀਂ ਹੈਗਾ। KPS ਗਿੱਲ ਅਖਾੜੇ ਲਾਉਂਦਾ ਹੁੰਦਾ ਹੈਗਾ ਦਿੱਲੀ ਦਰਬਾਰ ਦੇ ਵਿੱਚ, ਇਹਨਾਂ ਸਾਰਿਆਂ ਨੂੰ ਲਿਜਾ ਕੇ, ਸਾਰੇ ਸਿੰਗਰਾਂ ਦਾ ਪਤਾ, ਉਹ ਸਾਰੇ ਸੱਭਿਆਚਾਰਕ ਦੇ ਨਾਂ 'ਤੇ ਕਹਿੰਦਾ ਕਿ ਮੈਂ ਪ੍ਰਬੰਧ ਕਰੂੰਗਾ ਸਾਰੇ। ਆਪਾਂ ਨੂੰ ਕਹਿਣ ਦੀ ਲੋੜ ਨਹੀਂ, ਉਹਨਾਂ ਵਿੱਚੋਂ ਬਹੁਤ ਸਾਰੇ ਸਿੰਗਰਾਂ ਨੇ ਮਾਫ਼ੀ ਮੰਗੀ ਆ, ਆਏ ਆ। ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਆਪਣੀ ਕੌਮ ਦੀ ਖਾਤਰ, ਆਪਣੀ ਗੁਰਮੁਖੀ ਦੀ ਖਾਤਰ, ਕੀ ਤੁਸੀਂ ਇੱਕ ਸ਼ੋਅ ਨਹੀਂ ਬਾਰ ਸਕੇ? ਜ਼ਿਕਰਯੋਗ ਹੈ ਕਿ ਆਏ ਦਿਨ ਹੀ ਪੰਜਾਬੀ ਕਲਾਕਾਰ ਕਿਸੇ ਨਾ ਕਿਸੇ ਵਿਵਾਦ ਦੇ ਚੱਲਦਿਆਂ ਮੁਸੀਬਤ ਵਿੱਚ ਘਿਰਦੇ ਹੀ ਜਾ ਰਹੇ ਨੇ, ਜਿਸ ਦੇ ਚੱਲਦਿਆਂ ਰੰਧਾਵਾ ਬ੍ਰਦਰਸ, ਐਲੀ ਮਾਂਗਟ ਅਤੇ ਸਿੱਧੂ ਮੂਸੇਵਾਲਾ ਤੋਂ ਬਾਅਦ ਹੁਣ ਪੰਜਾਬੀ ਗਾਇਕੀ ਦੇ ਬਾਬਾ ਬੋਰਡ ਗੁਰਦਾਸ ਮਾਨ ਵੀ ਵਿਵਾਦਾਂ ਵਿੱਚ ਘਿਰ ਗਏ ਨੇ, ਜਿਸ ਤੋਂ ਲੱਗ ਰਿਹਾ ਹੈ ਕਿ ਪੰਜਾਬੀ ਕਲਾਕਾਰਾਂ 'ਤੇ ਮਾੜਾ ਸਮਾਂ ਚੱਲ ਰਿਹਾ ਹੈ। ਤੁਸੀਂ ਦੇਖ ਰਹੇ ਹੋ ਨਵਰੰਗ TV। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।